परिवार जी जो कुछ भी कहना जे बह के कहो मैं खलो के सुनांगी। कंजरी दे कोठे ते जड़ा बह जाए कंजरी उन लै के बह जांदी। अस्सलाम वालेकुम जी, वेखो पंजाब चैनल ते जी आन सुणियो जिउंदे वास्ते रहो। मैं सज्जाद जट एक अजिहा वाकिया तुहाडे नाल मैं शेयर करन लगा वां कि लाला जी उरां दा यानी कि लाला सुधीर उरां दा। ਇਹ ਰਮਜ਼ਾਨ ਉਲ ਮੁਬਾਰਕ ਦਾ ਇੱਕ ਸੋਹਣਾ ਮਹੀਨਾ ਚੱਲ ਰਿਹਾ ਜੀ ਅਤੇ ਇਹਦੇ ਰਿਲੇਟਡ ਹੀ ਇੱਕ ਵਾਕਿਆ। ਤੁਸੀਂ ਹੱਕੇ ਬੱਕੇ ਰਹਿ ਜਾਓਗੇ ਕਿ ਯਾਰ ਲਾਲਾ ਸੁਧੀਰ ਇੱਕ ਅਦਾਕਾਰ ਹੋ ਕੇ ਅਤੇ ਇਸ ਤਰ੍ਹਾਂ ਦਾ ਬੰਦਾ ਸੀ। ਲਓ ਫਿਰ ਹੈਰਾਨ ਹੋਣ ਵਾਸਤੇ ਨਾ ਕੀ ਆਉਂਦੇ ਨੇ ਕਿ ਤਗੜੇ ਹੋ ਜਾਓ ਚੈਨਲ 'ਤੇ ਹੋ ਅਤੇ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੀਕਰ ਅਤੇ ਕਰ ਲਓ ਸੋਹਣੇ ਹੋ ਤਾਂ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਦਦਰਾਵਰੀ ਤੁਹਾਡੇ ਤੱਕ ਲਿਆਉਂਦੇ ਰਹਿਣ। ਜਵਾਨਾਂ ਦਾ ਕੰਮ ਬਹਾਦਰੀ ਦਲੇਰੀ ਤੇ ਜੀਦਾਰੀ ਏ, ਦੁਸ਼ਮਣ ਨੂੰ ਚਿੱਤ ਕਰਨਾ ਤੇ ਮੌਤ ਦੇ ਪੰਜੇ 'ਚ ਪੰਜਾ ਪਾਣਾ। ਸੋਹਣਿਓ ਅਦਾਕਾਰ ਲਾਲਾ ਸੁਧੀਰ ਪਾਕਿਸਤਾਨ ਫਿਲਮ ਇੰਡਸਟਰੀ ਦਾ ਪਹਿਲਾ ਜੰਗਜੂ ਹੀਰੋ ਸੀ ਯਾਨੀ ਕਿ ਪਹਿਲਾ ਐਕਸ਼ਨ ਹੀਰੋ ਨੂੰ ਮੰਨਿਆ ਜਾਂਦਾ। ਲਾਲਾ ਜੀ ਉਹਨਾਂ ਦਾ ਅਸਲ ਨਾਂ ਤੇ ਜ਼ਮਾਨ ਖਾਨ ਅਫਰੀਦੀ ਸੀ ਯਾਨੀ ਕਿ ਪਠਾਨ ਸਨ, ਲੇਕਿਨ ਐਸੀ ਸੋਹਣੀ ਪੰਜਾਬੀ ਬੋਲਦਾ ਸੀ ਬੰਦਾ, ਉਹਨੇ ਨਾ ਹੀ ਬਹੁਤਾ ਪੰਜਾਬੀ ਵਿੱਚ ਕਮਾਇਆ। ਮੈਨੂੰ ਜ਼ਾਤੀ ਤੌਰ 'ਤੇ ਉਹਨਾਂ ਦੀਆਂ ਪੁਰਾਣੀਆਂ ਫਿਲਮਾਂ ਯੂਟਿਊਬ 'ਤੇ ਅਸੀਂ ਵੇਖਦੇ ਹਾਂ, ਐਸੀਆਂ ਐਸੀਆਂ ਖੂਬਸੂਰਤ ਫਿਲਮਾਂ ਅਤੇ ਲਾਲਾ ਜੀ ਹੋਰਾਂ ਨੇ ਐਸੀ ਐਸੀ ਅਦਾਕਾਰੀ ਕਰ ਦਿੱਤੀ ਹੈ ਕਿ ਸੁਭਾਨ ਅੱਲਾ, ਨਹੀਂ ਮਾਂ ਨੇ ਲਾਲੇ ਵਰਗਾ ਵੀ ਜੰਮਣਾ। ਤੋਬਾ ਤੋਬਾ ਚੌਧਰਾਣੀ ਜੀ, ਮੇਰੀ ਕੀ ਵਜ੍ਹਾ ਲੈ ਕਿ ਮੈਂ ਚੌਧਰੀ ਕਾਸੂ ਨਾਲ ਲੜਾਂ? ਉਹ ਤੇ ਭੁਲੇਖੇ ਨਾਲ ਹੱਥ ਚੁੱਕਿਆ ਗਿਆ ਸੀ ਅਤੇ ਨਾਲ ਹੀ ਮੈਂ ਮਾਫੀ ਮੰਗ ਲਈ। ਪਤਾ ਜੇ ਕਿ ਇਹਨਾਂ ਅਦਾਕਾਰਾਂ ਦੇ ਬਾਰੇ ਸਾਡੇ ਜ਼ਿਹਨਾਂ ਵਿੱਚ ਕੀ ਬਣ ਗਿਆ ਹੁੰਦਾ, ਜਿਹੜੇ ਕਿ ਫਿਲਮੀ ਲੋਕ ਨਹੀਂ ਨਾ ਹੈ, ਫਿਲਮਾਂ ਤੋਂ ਦੂਸਰੇ ਲੋਕ ਨੇ, ਭਾਵੇਂ ਉਹ ਫਿਲਮਾਂ ਵੇਖਦੇ ਵੀ ਨੇ, ਲੇਕਿਨ ਰੱਬ ਦੀ ਸੌ ਮੈਂ ਰੋਜ਼ੇ ਦੀ ਹਾਲਤ ਵਿੱਚ ਅਲਹਮਦੁਲਿਲਾ ਲੋਕਾਂ ਦਾ ਮਾਇੰਡ ਸੈਟ ਇਹ ਬਣਿਆ ਹੁੰਦਾ ਕਿ ਫਨਕਾਰ ਲੋਕ ਅਦਾਕਾਰ ਲੋਕ ਜਿਹੜੇ ਨੇ ਇਹ ਕੰਜਰ ਟਾਈਪ ਲੋਕ ਹੁੰਦੇ ਨੇ, ਨਾ ਇਹਨਾਂ ਨੂੰ ਕੋਈ ਇੱਜ਼ਤਾਂ ਦਾ ਹੁੰਦਾ, ਨਾ ਕੋਈ ਰੱਬ ਦੀ ਇਬਾਦਤ ਦਾ ਹੁੰਦਾ, ਨਾ ਰੋਜ਼ਾ ਨਾ ਨਮਾਜ਼, ਇਹ ਲੋਕ ਸ਼ਰਾਬਾਂ ਕਬਾਬਾਂ ਦੇ ਵਿੱਚ ਦਿਨ ਰਾਤ ਮਗਨ ਰਹਿੰਦੇ। ਇੱਥੋਂ ਤੱਕ ਮੁਫਤੀ ਕਿਸਮ ਦੇ ਲੋਕ ਜਿਹੜੇ ਨੇ ਇਹਨਾਂ ਤੋਂ ਫਤਵੇ ਲਾਉਂਦੇ, ਅਏ ਜਹਨਮੀ ਲੋਕ ਨੇ। ਤੁਸੀਂ ਕਮੈਂਟ ਬਹੁਤ ਸੀ ਇਸ ਤਰ੍ਹਾਂ ਦੇ ਜਾ ਕੇ ਅਦਾਕਾਰਾਂ ਦਾ ਕਦੀ ਵੀਡੀਓ ਲੱਗੀ ਹੋਏ ਨਾ ਕਮੈਂਟ ਸੈਕਸ਼ਨ ਚੈੱਕ ਕਰ ਲਿਆ ਕਰੋ ਜਾ ਕੇ, ਚਾਹੇ ਯੂਟਿਊਬ ਹੈ, ਫੇਸਬੁੱਕ ਹੈ ਜਾਂ ਕੋਈ ਵੀ ਐਪ। ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਜਿੰਨਾਂ ਲੋਕਾਂ ਨੇ ਜ਼ਿੰਦਗੀ 'ਚ ਭਾਵੇਂ ਮਸੀਤ ਦਾ ਮੂੰਹ ਨਾ ਵੇਖਿਆ ਹੋਵੇ, ਈਦੀ ਸ਼ਬਰਾਤੀ ਕਿਤੇ ਗਏ ਹੋਣ, ਉਹ ਵੀ ਕੋਈ ਧੱਕੇ ਨਾ ਘਰ ਦੇ ਜੀ ਇਹਨੇ ਗਾਲ ਕੱਢੀ ਹੋਵੇ ਤਾਂ ਤੁਰ ਗਿਆ ਹੋਵੇ, ਉਹ ਵੀ ਜਨਾਬੇ ਲਈ ਆ ਕੇ ਫਤਵਾ ਲਾ ਰਹੇ ਹੁੰਦੇ ਨੇ ਕਿ ਜਹਨਮੀ ਲੋਕ ਨੇ, ਦੋਜ਼ਖੀ ਲੋਕ ਨੇ, ਫਾਸ਼ੀ ਫਲਾਣ ਵਾਲੇ ਗੰਦੇ ਲੋਕ ਨੇ, ਇਹ ਇਹਨਾਂ ਤੇ ਅੱਲਾ ਦੇ ਅਜ਼ਾਬ ਹੀ ਆਉਣੇ ਨੇ, ਇਹਨਾਂ ਨੂੰ ਕੀੜੀਆਂ ਨਹੀਂ ਖਾਣਾ ਕਬਰ 'ਚ, ਹੁੰਦਾ ਕਿ ਨਹੀਂ ਹੁੰਦਾ ਸਰ? ਲੇਕਿਨ ਲਾਲਾ ਜੀ ਹੋਰਾਂ ਦਾ ਤੁਹਾਨੂੰ ਵਾਕਿਆ ਸੁਣਾਉਣ ਲੱਗਾ ਰਮਜ਼ਾਨ ਦੇ ਹਵਾਲੇ ਨਾਲ। ਪਤਾ ਜੇ ਇਹਨਾਂ ਦੀ ਜਦੋਂ ਮੌਤ ਹੋਈ ਤੇ ਕਿਸ ਤਰ੍ਹਾਂ ਹੋਈ, ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਕੇ ਜਿਹੜੇ ਫਨਕਾਰਾਂ ਨੂੰ ਜਿਹੜੇ ਨੇ ਇਹੋ ਜਿਹੇ ਫਤਵੇ ਲਾਉਂਦੇ ਨੇ ਉਹਨਾਂ ਦੇ ਉੱਤੇ। ਰੱਬ ਨੇ ਵਿਖਾਇਆ ਕਿ ਬਲਕਿ ਇਸ਼ਾਰਾ ਦਿੱਤਾ ਹੈ ਕਿ ਕਿਸੇ ਤੇ ਵੀ ਇਸ ਤਰ੍ਹਾਂ ਫਤਵੇ ਨਾ ਜੜੋ, ਮੈਂ ਉੱਤੇ ਬੈਠਾ ਵਾਂ ਨਾ, ਤੁਸੀਂ ਕੌਣ ਹੁੰਦੇ ਹੋ ਇਸ ਤਰ੍ਹਾਂ ਇਹਨਾਂ ਤੇ ਲੋਕਾਂ ਦੇ ਫਤਵੇ ਲਾਉਣ ਵਾਲੇ, ਜਨਤਾ ਦੇ ਤੇ ਜਹਨਮਾਂ ਦੇ ਟਿਕਟ ਵੰਡਣ ਵਾਲੇ? ਅਦਾਕਾਰ ਲਾਲਾ ਜੀ ਹੋਰਾਂ ਦਾ ਜਦੋਂ ਲਾਲਾ ਸੁਧੀਰ ਹੋਰਾਂ ਦਾ 97 ਜਦੋਂ ਇੰਤਕਾਲ ਹੁੰਦਾ ਹੈ ਨਾ, ਤੇ ਰਮਜ਼ਾਨ ਉਲ ਮੁਬਾਰਕ ਦਾ ਮਹੀਨਾ ਹੀ ਚੱਲ ਰਿਹਾ ਸੀ, ਰੋਜ਼ੇ ਦੀ ਹਾਲਤ ਵਿੱਚ ਸਨ, ਰੋਜ਼ਾ ਰੱਖ ਕੇ ਤੇ ਮਸੀਤੇ ਸਵੇਰ ਦੀ ਨਮਾਜ਼ ਪੜ੍ਹਨ ਵਾਸਤੇ ਗਏ ਨੇ ਤੇ ਬਾਅਦ ਜਮਾਤ ਨਮਾਜ਼ ਅਦਾ ਕਰ ਰਹੇ ਨੇ ਆਪਣੇ ਮੁਹੱਲੇ ਦੀ ਮਸੀਤ ਵਿੱਚ, ਕਿ ਜਿੱਥੇ ਜਦੋਂ ਸਜਦੇ ਜਾਂਦੇ ਨੇ ਨਾ, ਰੱਬ ਸੁਣ ਆਪਣੇ ਕੋਲ ਸੱਦ ਲੈਂਦਾ, ਅੱਲਾ ਨੂੰ ਪਿਆਰੇ ਹੋ ਜਾਂਦੇ ਨੇ, ਰੂਹ ਪ੍ਰਵਾਸ ਕਰ ਜਾਂਦੀ, ਸੁਬਹਾਨ ਅੱਲਾ ਸੁਬਹਾਨ ਅੱਲਾ। ਅੱਲਾ ਪਾਕ ਸਾਨੂੰ ਮਾਫ਼ ਕਰੇ ਕਿ ਜਿਹੜੇ ਅਸੀਂ ਇਸ ਤਰ੍ਹਾਂ ਦੇ ਫਤਵੇ ਲਾਉਂਦੇ ਹਾਂ, ਜੇ ਤੁਸੀਂ ਵੀ ਲਾਉਂਦੇ ਹੋ ਤਾਂ ਰੱਬ ਤੋਂ ਤੌਬਾ ਕਰੋ। ਵੇਖੋ ਤੁਸੀਂ ਕਿ ਸਾਰੀ ਜ਼ਿੰਦਗੀ ਜਿਹੜਾ ਬੰਦਾ ਫਿਲਮਾਂ 'ਚ ਕੰਮ ਕਰਨ ਵਾਲਾ, ਅਦਾਕਾਰਾਂ ਦੇ ਨਾਲ ਗਾਣੇ ਪਿਕਚਰਾਈਜ਼ ਕਰਵਾਉਣ ਵਾਲਾ, ਸ਼ੂਟਿੰਗਾਂ ਕਰਨ ਵਾਲਾ, ਦਿਨ ਰਾਤ ਫਿਲਮ ਇੰਡਸਟਰੀ ਵਿੱਚ ਰਹਿਣ ਵਾਲਾ, ਜਿਹਨੂੰ ਤੁਸੀਂ ਗੰਦ ਬਲਾ ਆਉਂਦੇ ਹੋ, ਉਹ ਬੰਦਾ ਜਦੋਂ ਮਰਦਾ ਏ ਤੇ ਰੋਜ਼ੇ ਦੀ ਹਾਲਤ ਵਿੱਚ ਸਜਦੇ ਵਿੱਚ ਰੱਬ ਦੇ ਸਾਹਮਣੇ ਸਜਦੇ ਵਿੱਚ ਗਿਆ ਹੁੰਦਾ, ਉਹਦੀ ਬੜਾਈ ਬਿਆਨ ਕਰ ਰਿਹਾ ਹੁੰਦਾ, ਸੁਬਹਾਨਾ ਰੱਬੀ ਅਲ ਆਲਾ ਸੁਬਹਾਨ ਅੱਲਾ। ਕਾਸ਼ ਇਸ ਤਰ੍ਹਾਂ ਦੀ ਮੌਤ ਹਰ ਬੰਦੇ ਨੂੰ ਆ ਜਾਵੇ ਯਾਰ। ਨਸੀਬਾਂ ਵਾਲੇ ਭਾਗਾਂ ਵਾਲੇ ਲੋਕ ਹੁੰਦੇ ਨੇ ਕਿ ਜਿਹਨਾਂ ਨੂੰ ਇਸ ਤਰ੍ਹਾਂ ਦੀ ਮੌਤ ਜਿਹੜੀ ਹੈ ਨਾ ਉਹ ਨਸੀਬ ਹੁੰਦੀ। ਯਕੀਨ ਮੰਨੋ ਕਿ ਲਾਲਾ ਜੀ ਵੈਸੇ ਵੀ ਉਹਨਾਂ ਦੇ ਬਾਰੇ ਮਸ਼ਹੂਰ ਫਿਲਮ ਇੰਡਸਟਰੀ ਵਿੱਚ ਕਿ ਉਹ ਰਾਈ ਸਾਹਿਬ ਵਾਂਗੂ ਇੱਕ ਦਰਿਆ ਦਿਲ ਬੰਦਾ ਹੋਇਆ, ਭਲੇ ਦੇ ਕੰਮ, ਦੀਨ ਦੇ ਕੰਮ ਵੱਧ ਚੜ੍ਹ ਕੇ ਫਿਰ ਲੋਕਾਂ ਦੇ ਉੱਤੇ ਜਿਹੜਾ ਨਾ ਉਹ ਖਰਚ ਕਰਨ ਵਾਲਾ ਬੰਦਾ ਸੀ, ਰੱਬ ਦੀ ਮਖਲੂਕ ਤੇ ਹੱਥ ਧਰਨ ਵਾਲਾ ਬੰਦਾ ਸੀ। ਜ਼ਿਆਦਾ ਦੁਖੀ ਕਮ ਹਿੰਮਤ ਵਾਲੇ ਹੋਣਗੇ, ਉਨਕੇ ਦੁੱਖ ਅਪਣਾ ਲੀਜੀਏ, ਫਿਰ ਆਪਣੇ ਦੁੱਖ ਭੁੱਲ ਜਾਈਏਗਾ।
ਤੇ ਰੱਬ ਸੋਹਣੇ ਨੇ ਵੇਖੋ ਤੁਸੀਂ ਕੈਸੀ ਮੌਤ ਦਿੱਤੀ ਉਸ ਬੰਦੇ ਨੂੰ ਕਿ ਲੋਕੀ ਯਾਦ ਕਰਦੇ ਨੇ ਯਕੀਨ ਕਰੋ ਤੇ ਅਸ਼ਸ਼ ਕਰ ਖਲੋਂਦੇ ਨੇ ਕਿ ਰੱਬ ਦੀ ਐਡੀ ਵੱਡੀ ਕਰਮ ਨਵਾਜ਼ ਸੀ। ਇਸ ਵਾਸਤੇ ਸੋਹਣੇ ਸਾਡੇ ਵਾਸਤੇ ਸਬਕ ਹੈ ਕਿ ਅਸੀਂ ਕਦੀ ਵੀ ਇਹਨਾਂ ਲੋਕਾਂ ਨੂੰ ਜਿਹੜਾ ਨਾ ਠੀਕ ਹੈ ਤੁਸੀਂ ਨਸੀਹਤ ਦੇ ਤੌਰ ਤੇ ਕਹਿ ਸਕਦੇ ਹੋ ਕਿ ਯਾਰ ਇਹ ਕੰਮ ਛੱਡ ਦਵੋ ਰੱਬ ਤੋਂ ਡਰੋ, ਲੇਕਿਨ ਇਹ ਨਹੀਂ ਫਤਵੇ ਤੁਸੀਂ ਲਾ ਸਕਦੇ ਕਿਸੇ ਦੇ ਉੱਤੇ ਕਿ ਤੈਨੂੰ ਕੀੜੀਆਂ ਨੇ ਖਾਣਾ ਕਬਰ 'ਚ, ਤੂੰ ਅੱਗੇ ਜਾ ਕੇ ਹਾਵੀਏ 'ਚ ਹੀ ਸੜਨਾ। ਇਹ ਫਤਵੇ ਲਾਉਣਾ ਤੁਹਾਡਾ ਕੰਮ ਨੇ। ਹੋ ਸਕਦਾ ਤੁਹਾਡੇ ਫਤਵੇ ਆ ਗੱਲ ਕਰਨ ਦੀ ਵਜ੍ਹਾ ਤੋਂ ਰੱਬ ਉਹਨੂੰ ਬਚਾ ਲਵੇ ਜਿਵੇਂ ਲਾਲਾ ਜੀ ਹੋਰਾਂ ਨੂੰ ਬਚਾਇਆ ਤੇ ਤੁਹਾਨੂੰ ਉਹਦੀ ਜਗ੍ਹਾ 'ਤੇ ਸੁੱਟ ਦੇਵੇ। ਇਸ ਵਾਸਤੇ ਡਰਨਾ ਚਾਹੀਦਾ, ਵੀਡੀਓ ਬਣਾਉਣ ਦਾ ਮਕਸਦ ਹੀ ਸਿਰਫ ਇਹੀ ਹੈ ਕਿ ਸਮਝਾਉਣਾ। ਬਾਕੀ ਅੱਲਾ ਪਾਕ ਜੀ ਉਹਨਾਂ ਦੇ ਦਰਜਾਤ ਜਿਹੜੇ ਨੇ ਲਾਲਾ ਜੀ ਹੋਰਾਂ ਦੇ ਅੱਗੇ ਬੁਲੰਦ ਫਰਮਾਏ ਤੇ ਮਾਲਕ ਸਾਡੇ ਸਭ ਦੇ ਵੀ ਕਰਮ ਨਵਾਜ਼ੀਆਂ ਫਰਮਾਏ ਕਿ ਇਸ ਤਰ੍ਹਾਂ ਦੀ ਰੱਬ ਦੇ ਸਾਹਮਣੇ ਸਜਦੇ 'ਚ ਹੋਈਏ ਤੇ ਰੱਬ ਸੁਣਾ ਆਪਣੇ ਕੋਲ ਸੱਦ ਲਵੇ। ਸਾਰੇ ਮੁਹੱਬਤ ਨਾਲ ਕਹਿ ਦਿਓ ਆਮੀਨ।